ਨਹੀਂ ਨਾ ਹੋ ਇੱਥੇ ਇਹਨੇ ਚਾਬੀ ਕਿੱਥੇ ਆ? ਮੈਂ ਪਾਣੀ ਲੈ ਲੱਗੇ ਸੀ, ਬਹਿ ਜਾ ਸੀ ਮੈਂ ਲੈ ਗਈ, ਮੈਂ ਪਿਆ ਦਿੰਨੀ ਪਾਣੀ ਤੁਹਾਨੂੰ, ਬਹਿ ਜਾ। ਮੇਰੀ ਗੱਲ ਸੁਣ, ਚੀਜ਼ ਦੀ ਲੋੜ ਨਹੀਂ ਹੈਗੀ, ਨਹੀਂ ਚੀਜ਼ ਦੀ ਲੋੜ ਕੀ ਹੈ? ਮੇਰੀ ਗੱਲ ਸੁਣ, ਤੂੰ ਕਿਸੇ ਕੋ ਪੁੱਛਿਆ ਕਿਛਿਆਂ ਨੇ? ਸਿਮਰਤ ਨੂੰ ਤਾਂ ਕਹਿਤਾ ਉੱਥੇ ਰਹਿ ਪੈ, ਤੈਨੂੰ ਦੀ ਸੱਸ ਦਾ ਨਹੀਂ ਸੀ ਪਤਾ ਲੱਗਣ ਡਿਆ? ਸੱਸ ਦਾ ਤਾਂ ਮੈਨੂੰ ਪਤਾ ਲੱਗਣ ਡਿਆ ਚਾਚੀ ਜੀ, ਤੇ ਤਾਂ ਹੀ ਕੀ ਆਈ? ਮੇਰੀ ਗੱਲ ਤਾਂ ਸੁਣੋ, ਸ਼ੰਮੀ ਦੀ ਹਾਲਤ ਠੀਕ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਕਹੇ ਵੀ ਮੈਂ ਠੀਕ ਹੈ ਠੀਕ ਹਾਂ, ਆਵਾਜ਼ ਵੇਖਿਆ ਜੇ, ਚੱਲ ਤੂੰ ਰਹੇਗੀ 2-4 ਦਿਨ, ਉਹਦੇ ਨਾਲ ਮਦਦ ਕਰਵਾ ਦੇਗੀ, ਰੋਟੀ ਪਾਣੀ ਬਣਾ ਦੇਗੀ, ਤਾਂ ਮੈਂ ਕਿਹਾ। ਭੈਣ, ਉਹਨੇ ਤਾਂ ਸਿਮਰਤ ਨੂੰ ਰੋਟੀ ਵੀ ਨਹੀਂ ਸੱਸ ਨੇ ਖਾਣ ਦੇਣੀ, ਮੈਨੂੰ ਤੇ ਲੱਗਦਾ ਜਿਹੜੇ ਕੰਟੇਨਰ ਚ ਉਹਨੇ ਬਿਸਕੁਟ ਪਾ ਕੇ ਰੱਖੇ ਹੋਏ ਸਜੇ ਨਾ, ਉਹ ਵੀ ਉਹਨੇ ਗਿਣ ਕੇ ਪਾਏ ਸਜੇ, ਕਿ ਜੇ 5 ਮੈਂਬਰ ਆਉਂਦੇ ਨੇ 6 ਬਿਸਕੁਟ ਹੀ ਰੱਖਾਂ, 6ਵੀਂ ਉਹ ਆਪ। ਤੇ ਸਿਮਰਤ ਨਾਲ ਤੇਰੀ ਕੋਈ ਸਲਾਹ ਹੋਈ ਕਿ ਉਹਨੇ ਰੁਕਣਾ ਵਾ? ਮੈਂ ਸ਼ੰਮੀ ਦੀ ਹਾਲਤ ਵੇਖ ਕੇ ਕਿਹਾ ਸੀ ਸਿਮਰਤ ਨੂੰ ਵੀ ਰਹਿ ਪੈ, ਤਾਂ ਉਹ ਆਪ ਹੀ ਰਹਿ ਪਈ ਆ। ਜੇ ਸਲਾਹ ਹੋਈ ਹੁੰਦੀ ਲੱਕੀ ਇਹਨਾਂ ਦੀ ਤੇ ਕੱਪੜੇ ਨਾਲ ਕੱਢਦੀ। ਕੋਈ ਨਾ ਕੱਪੜਾ ਲੀੜਾ ਤੇ ਦੇਖੋ, ਕੋਈ ਵੀ ਨਹੀਂ, ਕੋਈ ਨਹੀਂ, ਉਹਦੀ ਆ ਜਾਂਦੀ ਸ਼ੰਮੀ ਦੇ, ਆਪ ਹੀ ਪਾ ਲੇਗੀ ਸੂਟ ਉਹਦੇ। ਜਸਬੀਰ, ਸ਼ੰਮੀ ਦੀ ਸੱਸ ਤੇ ਬੜਾ ਬੋਲਦੀ ਆ। ਮੈਂ ਮੰਮੀ ਤੁਹਾਡੇ ਥੋੜੀ ਨਾ ਲਿਆ, ਮੈਂ ਤੇ ਕਹਿੰਦੀ ਮੇਰੀ ਸੱਸ ਬੜੀ ਚੰਗੀ, ਮੇਰੇ ਵਰਗੇ ਤੇ ਸਾਰਿਆਂ ਨੂੰ ਦੇਣ ਸੱਸਾਂ। ਜਸਬੀਰ, ਤੂੰ ਕਹਿੰਦੀ ਏ ਉਹਦਾ ਦਿਓਰ ਬੜਾ ਚੰਗਾ, ਉਹਦਾ ਘਰ ਵਾਲਾ ਬੜਾ ਚੰਗਾ, ਮੰਨਿਆ ਸਾਰਾ ਪਰਿਵਾਰ ਚੰਗਾ, ਸਾਰਾ ਦਿਨ ਉਹਨਾਂ ਨੇ ਘਰ ਨਹੀਂ ਰਹਿਣਾ, ਘਰ ਰਹਿਣਾ ਜਨਾਨੀਆਂ ਨੇ, ਸੱਸ ਨੇ। ਜੇ ਇਹ ਉਹੀ ਟੀਚਰਾਂ ਇੱਦਾਂ ਕਰਦੀ ਰਹੀ ਉਹਨੂੰ ਤੇ ਫਿਰ ਕੋਈ ਨਹੀਂ। ਗੱਲ ਤਾਂ ਤੁਹਾਡੀ ਸਹੀ ਹੈ, ਪਰ ਮੈਨੂੰ ਆਪ ਨੂੰ ਨਹੀਂ ਸਮਝ ਲੱਗਣ ਡਈ ਕਿ ਉਹਦੀ ਸੱਸ ਇਸ ਤਰ੍ਹਾਂ ਕਿਉਂ ਕਰਦੀ, ਪਰ ਸ਼ੰਮੀ ਨੇ ਇੱਕ ਵਾਰੀ ਵੀ ਨਹੀਂ ਮੈਨੂੰ ਕਿਹਾ ਹੈਗਾ। ਕੋਈ ਨਹੀਂ, ਅੱਗੋਂ ਅੱਗੋਂ ਨਾ ਸ਼ੰਮੀ ਤਾਂ ਜਦੋਂ ਜਵਾਬ ਨਹੀਂ ਨਾ ਦੇਗੀ, ਆਪੇ ਉਹਦੀ ਸੱਸ ਨੇ ਵੀ ਸੁਧਰ ਜਾਣਾ ਵਾ। ਚੱਕ ਲਿਆ ਕੇਲੇ, ਤੈਨੂੰ ਕਰੋ ਕਹਿ ਕੇ ਭੇਜਿਆ ਮੰਮੀ ਨੇ, ਪਿਆ ਫਰੂਟ ਲੈ ਕੇ ਆਓ, ਫੇਰ ਤੁਸੀਂ ਕੇਲੇ ਚੁੱਕ ਲਿਆ, ਇੱਕ ਰੇੜੀ ਤਾਂ ਨੀ ਮਿਲੇ ਤੇ ਦੂਜੇ ਨੀ ਜਾਣਾ ਨਹੀਂ ਉਹ ਹੈਗਾ। ਚਲੋ ਛੱਡੋ ਸਾਰੀਆਂ ਗੱਲਾਂ, ਦੱਸੋ ਸਿਮਰਤ ਨੂੰ ਲੈ ਆਵਾਂ ਉਧਰੋਂ, ਸ਼ਾਮੀ ਜਾ ਕੇ ਲੈ ਆਵਾਂ। ਤੇਰਾ ਦਿਮਾਗ ਖਰਾਬ ਹੋ ਗਿਆ, ਫਿਰ ਉਹਨੇ ਸ਼ਾਮੀ ਨੂੰ ਗੱਲਾਂ ਸਾਰੀਆਂ ਪਹਿਲਾਂ ਛੱਡ ਕੇ ਤੇ ਬਾਅਦ ਚ ਲੈਣ ਆ ਗਏ। ਸਾਸੋ ਦੀ ਨੇ ਕਹਿੰਦਾ ਕੰਮ ਕਰਕੇ ਲੈ ਗਏ ਹੋਣੇ ਆ, ਵੀ ਕੁੜੀ ਸਾਡੀ ਕੋ ਕਿਤੇ ਕੰਮ ਨਾ ਕਰਾਉਣ, ਰਹਿਣ ਦੋ 2 ਦਿਨ। ਮੈਂ ਤੇ ਤਾਂ ਗਿਆ ਸੀ, ਉਹਦੀ ਸੱਸ ਨੇ ਗੱਲਾਂ ਬੜੀਆਂ ਕਰਨੀਆਂ ਵਾ, ਮੈਂ ਤਾਂ ਕਹਿੰਦਾ ਸੀ ਇਹਨੂੰ ਲੈ ਆਉਣਾ ਵਾ। ਚੱਲ ਰਹਿਣ ਦੇ ਸਵੇਰ ਮੈਂ ਲਿਆਵਾਂ ਪਾਣੀ ਪੂਣੀ। ਮੇਰੇ ਤੇ ਸਿਰ ਪੀੜ ਲੱਗੇ ਸੀਮਾ, ਚਾਹ ਵੀ ਨਹੀਂ ਵਧੀਆ ਚਾਹ ਬਣਾ, ਉਹਦੇ ਚਾਹ ਬਣਾਈ ਸਾਨੇ ਇੰਨੀ ਕੁ ਕਾਪੇ ਜਿਵੇਂ ਇੰਚੀ ਟੇਪ ਨਾਲ ਨਾਪੀ ਹੋਈ ਸਾਨੇ, ਜਿੰਨੀ ਕੁ ਸੱਸ ਨੇ ਕਹਿਣਾ ਪਾ ਕੇ ਦਿਆ ਕਰ, ਉਹਨੀ ਕੁ ਉਹਨੇ ਸ਼ੰਮੀ ਨੇ ਪਾਣੀ ਆ ਕਹਿੰਦੀ ਵੀ ਆ, ਇੱਕ ਸਟੀਲ ਦਾ ਗਲਾਸ ਜਸਬੀਰ ਚਾਹ ਦਾ, ਉਹਨੇ 5 ਕੱਪ, ਮੈਨੂੰ ਤਾਂ ਚਾਹ ਮਿਲੀ ਕੋਈ ਨਹੀਂ, ਉਹ ਮੇਰੇ ਤਾਂ ਕਾਪੀ ਕੋਈ ਨਹੀਂ ਸੀ ਵਿੱਚ ਚਾਹ ਬਣਾ, ਮੈਂ ਤੇ ਵੇਖੀ ਜਾਂਦੀ ਸੀ ਸਾਰਿਆਂ ਦੇ ਅੱਗੇ ਕੱਪ ਧਰੇ ਗਏ ਨੇ, ਮੇਰੇ ਅੱਗੇ ਤਾਂ ਕਾਪੀ ਕੋਈ ਨਹੀਂ। ਮੰਮੀ, ਜੋ ਮਰਜ਼ੀ ਹੋ ਜੇ, ਜਿਵੇਂ ਦੀ ਸ਼ੰਮੀ ਦੀ ਸੱਸ ਨਾ ਉਵੇਂ ਦੀ ਮੇਰੀ ਭੈਣ ਦੀ ਸੱਸ ਨਾ ਹੋਵੇ। ਨਾ ਬਾਬਾ ਨਾ ਵੇ ਭਰਾਵਾ, ਐ ਜੀ ਨਹੀਂ ਸਾਨੂੰ ਚਾਹੀਦੀ, ਸਾਰਾ ਪਰਖ ਕੇ ਰਿਸ਼ਤਾ ਕਰਨਾ, ਇੱਕ ਹੀ ਬੜੀ ਜੇ
ਸਹੀ ਗੱਲ ਆ ਮੰਮੀ, ਵੇਖਿਆ ਸੀ ਕਿੰਨੇ ਕਿਸ ਤਰ੍ਹਾਂ ਬੋਲਦੀ, ਕਿੰਨੀਆਂ ਗੱਲਾਂ ਕਰਦੀ ਆ। ਉਹਨੂੰ ਤਾਂ ਇੰਨੀ ਨਹੀਂ ਹੈਗੀ ਸ਼ਰਮ ਵੀ ਮੈਂ ਕੋਈ ਬੈਠਾ ਵਾ ਅਤੇ ਮੈਂ ਕੀ ਗੱਲ ਕਹਿੰਦੀ ਹਾਂ। ਹੁਣ ਤੂੰ ਕਿਹੜੀ ਸੋਚਾਂ 'ਚ ਡੁੱਬ ਗਈ ਹੈ? ਮੈਂ ਤੇਰੀ ਗੱਲ ਸੋਚਣ ਲੱਗ ਪਈ। ਇਹਦੀ ਗੱਲ ਬਿਲਕੁਲ ਸਹੀ ਹੈ ਕਿ ਐਡੀ ਚਲਾਕ ਸੱਸ ਨਹੀਂ ਹੋਣੀ ਚਾਹੀਦੀ। ਮੇਰੀ ਗੱਲ ਸੁਣੋ, ਬੰਦਿਆਂ 'ਤੇ ਸਾਰਾ ਦਿਨ ਬਾਹਰ ਰਹਿਣਾ ਹੁੰਦਾ ਅਤੇ ਜਨਾਨੀਆਂ ਦੇ ਪਿੱਛੋਂ ਰਹਿਣਾ ਹੁੰਦਾ ਨਾ। ਜੇ ਇਹਨਾਂ ਦੇ ਰਿਸ਼ਤੇ ਆਪਸ ਵਿੱਚ ਚੰਗੇ ਹੋਣਗੇ ਤਾਂ ਬਾਕੀ ਪਰਿਵਾਰ ਨਾਲ ਆਪੇ ਰਿਸ਼ਤੇ ਚੰਗੇ ਹੋਏ ਦੇ, ਅਤੇ ਜਦੋਂ ਸੱਸ ਨੇ ਰਿਸ਼ਤਾ ਮਾੜਾ ਹੋਏਗਾ ਤਾਂ ਬਾਕੀਆਂ ਨਾਲ ਫਿਰ ਉਤਰਾ ਹੀ ਮਾੜਾ ਹੋਏ ਨਾ, ਕਿਉਂਕਿ ਆਉਂਦੇ ਜਾਂਦੇ ਬੰਦੇ ਨੂੰ ਤਾਂ ਸ਼ੰਮੀ ਨੇ ਕਹਿਣਾ ਹੀ ਹੈ ਨਾ। ਸਹੀ ਗੱਲ ਆ ਚਾਚੀ ਜੀ, ਹੁਣ ਵੇਖੋ ਅਸੀਂ ਤਾਂ ਆਪਣੇ ਘਰ ਆ ਗਏ ਹਾਂ ਅਤੇ ਸ਼ੰਮੀ ਨੇ ਤਾਂ ਸਾਰਾ ਦਿਨ ਰਹਿਣਾ ਅਤੇ ਕਿੰਨੀਆਂ ਗੱਲਾਂ ਕਰਦੀ ਹੋਊਗੀ। ਪਰ ਮੇਰੀ ਇੱਕ ਗੱਲ ਯਾਦ ਰੱਖਿਆ ਜੀ, ਉਹਨੇ ਹੁਣ ਸ਼ੰਮੀ ਨੂੰ ਨਾ ਲਾ ਗੱਲਾਂ ਕਰਨੀਆਂ ਜੀ। ਟਿਕਣ ਵਾਲੀ ਜਨਾਨੀ ਕੋਨੀ ਜੇ ਲਾ ਕੇ ਤੇ ਭੈਣ ਜੀ ਉਹਨੇ ਸਾਨੂੰ ਵੀ ਕੀਤੀਆਂ। ਉਹ ਕਹਿ ਨਹੀਂ ਸੀ ਡਈ ਚੰਗਾ ਆ ਗਿਆ, ਇਹਨੂੰ ਬੁਖਾਰ ਹੋਇਆ ਤੁਸੀਂ ਪਤਾ ਲੈਣ ਆ ਗਏ, ਤੇ ਜੇ ਕਿਤੇ ਹਸਪਤਾਲ ਦਾਖਲ ਹੁੰਦੀ ਤੁਸੀਂ ਤਾਂ ਜੋ ਆਪਣਾ ਕੀ ਕਹਿੰਦੇ ਮੇਰੀ ਗੱਲ ਸੁਣ, ਤੂੰ ਹੀ ਚਲੀ ਜਾ ਕਰੀ, ਮੇਰੀ ਉਹਦੀ ਰਾਸ਼ੀ ਨਹੀਂ ਰਲਦੀ। ਮੈਂ ਫਿਰ ਕੁਛ ਕਹਿ ਦਿਆਂਗੀ ਆ ਤੇ ਫਿਰ ਉਹਨੂੰ ਚੰਗਾ ਨਹੀਂ ਲੱਗਣਾ, ਤੇ ਤੂੰ ਹੀ ਜਾਈ। ਕਿਸ ਤਰ੍ਹਾਂ ਦੀ ਗੱਲ ਕਰਦੀ ਜੀ ਕਿ ਢਾਡੀ ਉਹਦੀ ਰਾਸ਼ੀ ਨਹੀਂ ਮਿਲਦੀ? ਸਾਡੀ ਧੀ ਦਾ ਘਰ ਆ, ਸਾਨੂੰ ਚੁੱਪ ਰਹਿਣਾ ਪੈਣਾ ਹੈ। ਤੇ ਫਿਰ ਅਸੀਂ ਧੀ ਦੀ ਹਾਟੇ ਬੇਇੱਜ਼ਤੀ ਵੀ ਨਹੀਂ ਕਰਵਾ ਸਕਦੇ ਨਾ ਜੀ। ਉਹ ਤਾਂ ਗੱਲ ਢਾਡੀ ਠੀਕ ਆ, ਪਰ ਜੇ ਘੱਟ ਚੱਲ ਜਾਂਗੇ ਕੀ ਫਰਕ ਪਏਗਾ? ਹਾਂ ਉਹ ਗੱਲ ਠੀਕ ਹੈ, ਫੋਨ 'ਤੇ ਉਹਦਾ ਹਾਲ ਚਾਲ ਪੁੱਛ ਲਿਆ ਕਰਾਂਗੇ। ਫੋਨ 'ਤੇ ਹਾਲ ਚਾਲ ਪੁੱਛ ਲਿਆ, ਘੜੀ ਦੇ ਘੜੀ ਚੱਲ ਗਏ ਮੰਮਾ, ਦੋ ਮਿੰਟ ਵਾਸਤੇ ਚਲੋ ਸਾਰਾ ਟੱਬਰ ਨਾ ਜਾਇਆ ਕਰੀਏ, ਇਹੀ ਹੋ ਸਕਦਾ। ਅਤੇ ਬਾਕੀ ਉਹਨਾਂ 'ਤੇ ਕਰੋ ਰੋਟੀ ਨਾ ਖਾਇਆ ਕਰੋ, ਕੋਸ਼ਿਸ਼ ਕਰਿਆ ਕਰੋ ਚਾਹ ਦਾ ਘੁੱਟ ਪੀ ਕੇ ਆ ਗਿਆ ਕਰੋ। ਤੇ ਅੱਜ ਵੀ ਆਪਾਂ ਇਸ ਤਰ੍ਹਾਂ ਹੀ ਆ ਗਏ ਆ, ਹੁਣ ਸੀਮਾ ਨੂੰ ਕਹਿੰਦੇ ਰੋਟੀ ਬਣਾ। ਹੋਰ ਬਾਬਾ, ਤੂੰ ਤਾਂ ਜਦੋਂ ਘੂ ਘੂ ਕੀਤਾ ਨਾ, ਮੈਂ ਤਾਂ ਡਰ ਗਈ, ਮੈਂ ਪਤਾ ਨਹੀਂ ਕਿਹਦੀ ਆਵਾਜ਼ ਆਈ ਜਾਂਦੀ, ਤੇ ਮੰਮੀ ਮੇਰੀ ਵੀ ਕਹਿੰਦੇ ਇਹ ਕਿਹਦੀ ਆਵਾਜ਼ ਆਉਂਦੀ ਹੈ। ਨਹੀਂ ਭੈਣਾ, ਮੈਂ ਤਾਂ ਨਹੀਂ ਬੋਲਦੀ, ਪਤਾ ਕੀ ਆ, ਜੇ ਮੰਮੀ ਨੂੰ ਮਾੜੀ ਜਿਹੀ ਵੀ ਭਿਣਕ ਲੱਗ ਗਈ ਨਾ, ਉਹਨੇ ਤਾਂ ਮੇਰਾ ਕੋਠੇ ਹੋਣਾ ਬੰਦ ਕਰ ਦੇਣਾ ਵਾ, ਤੈਨੂੰ ਤਾਂ ਪਤਾ ਹੀ ਆ। ਇਹੀ ਤਾਂ ਗੱਲ ਆ, ਜੇ ਮੇਰੀ ਮੰਮੀ ਨੂੰ ਪਤਾ ਲੱਗਿਆ ਸ਼ਤਰੋਲ ਮੇਰੀ ਵੀ ਬੜੀ ਹੋਣੀ ਆ। ਮੈਂ ਤਾਂ ਭੱਜੀ ਆਈ, ਮੈਂ ਕਿਹਾ ਮੰਮੀ ਕੋਈ ਨਹੀਂ ਮੈਂ ਆਉਂਦੀ ਹੁੰਦੀ, ਦੋ ਮਿੰਟਾਂ 'ਚ ਕੋਠੇ ਤੋਂ ਆਈ। ਨਹੀਂ ਤੈਨੂੰ ਕੀ ਦੱਸਾਂ, ਮੇਰੀ ਸੱਸ ਦਾ ਸੁਭਾਅ ਬੜਾ ਹੀ ਖਰਾਬ ਆ। ਮੈਨੂੰ ਤਾਂ ਬਾਬੋ ਕਿਸੇ ਵੇਲੇ ਇੰਨਾ ਗੁੱਸਾ ਚੜ੍ਹਦਾ ਹੈ ਨਾ ਕਿ ਮੈਂ ਘਰ ਛੱਡ ਕੇ ਚੱਲ ਜਾ। ਇਹਨੇ ਤਾਂ ਮੇਰਾ ਜੀਣਾ ਹੀ ਹਰਾਮ ਕੀਤਾ ਵਾ, ਹਰ ਗੱਲ 'ਚ ਨੋਕਾ ਟੋਕੀ ਕਰਦੀ ਆ। ਤੂੰ ਮੰਨਣਾ ਨਹੀਂ, ਜੇ ਰਣਜੀਤ ਬਣਾਉਣਾ ਸਹੀ ਹੋਵੇ ਮੇਰੇ ਨਾਲ ਤਾਂ ਮੈਂ ਇੱਥੇ ਇੱਕ ਮਿੰਟ ਵੀ ਨਾ ਖਲੋਵਾਂ। ਕੋਈ ਬਿਮਾਰ ਆ, ਕੋਈ ਦੁਖੀ ਆ, ਇਹਨੂੰ ਕੋਈ ਮਤਲਬ ਨਹੀਂ ਇਹਨਾਂ ਚੀਜ਼ਾਂ ਨਾਲ। ਇਹਨੂੰ ਤਾਂ ਬਸ ਕੰਮ ਚਾਹੀਦਾ ਵਾ ਕਿ 24 ਘੰਟੇ ਬੰਦਾ ਕੰਮ ਕਰੀ ਜਾਏ, ਇਹਦੀ ਜੀ ਹਜ਼ੂਰੀ ਕਰੀ ਜਾਏ ਬਸ, ਅਤੇ ਭਾਂਡੇ ਮਾਂਜੀ ਜਾਏ ਰਸੋਈ 'ਚ। ਤੈਨੂੰ ਪਤਾ ਤੇਰੇ ਵੀਰ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਤੂੰ ਆਪਣੀ ਪੜ੍ਹਾਈ ਜਾਰੀ ਰੱਖ ਅਤੇ ਆਪਾਂ ਤੈਨੂੰ ਪੜ੍ਹਾਉਂਦੇ ਲਿਖਾਉਂਦੇ ਹਾਂ, ਪਰ ਨਾ ਚੌਵੀ ਘੰਟੇ ਦਾ ਕਲੇਸ਼ ਆ। ਤੂੰ ਮੰਨਣਾ ਨੀ, ਮੈਂ ਆਪ ਹੀ ਕਹਿਤਾ, ਮੈਂ ਕਿਹਾ ਮੈਂ ਨੀ ਪੜ੍ਹਾਈ ਕਰਨੀ, ਮੇਰਾ ਮਨ ਹੀ ਨਹੀਂ ਆ। ਜੇ ਮੇਰੇ ਘਰ ਦੇ ਇੱਥੇ ਆ ਜਾਂਦੇ ਆ ਤਾਂ ਇਤਰਾਜ਼ ਕਰਦੀ ਆ, ਜੇ ਮੈਂ ਪੇਕੇ ਜਾਂਦੀ ਹਾਂ ਤਾਂ ਇਤਰਾਜ਼ ਕਰਦੀ ਆ, ਜੇ ਮੈਂ ਉਹਨਾਂ ਨਾਲ ਬਾਜ਼ਾਰ ਚੱਲ ਜਾਂਦੀ ਹਾਂ ਤਾਂ ਮੈਨੂੰ ਗੱਲਾਂ ਕਰਦੀ ਆ। ਬਾਬੋ ਪਤਾ ਕੀ ਗੱਲ ਆ, ਉੱਦਾਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਰਣਜੀਤ ਵੀਰੇ ਦਾ ਸੁਭਾਅ ਇੰਨਾ ਕੁ ਵਧੀਆ ਹੈ ਨਾ, ਮੈਂ ਤੈਨੂੰ ਦੱਸ ਨਹੀਂ ਸਕਦੀ। ਉਹ ਦਿਲ ਦੇ ਮਾੜੇ ਨਹੀਂ ਹੈਗੇ,
ਉਹ ਬੜੇ ਚੰਗੇ ਨੇ ਤੇ ਸਾਹਿਲ ਸਾਹਿਲ ਹੈ ਜੇ ਬਚਪਨਾ ਮੰਮੀ ਆਂਟੀ ਜੀ ਉਹਨਾਂ ਦਾ ਸੁਭਾਅ ਇਹੋ ਜਿਹਾ ਵਾ ਉਹ ਤਾਂ ਝੱਟ ਹੀ ਮਿੱਠੇ ਵੀ ਹੋ ਜਾਂਦੇ ਆ ਅਤੇ ਝੱਟ ਹੀ ਖਿੱਚ ਜਾਂਦੇ ਆ ਪਰ ਵੇਖ ਨਾ ਹਰ ਇੱਕ ਦੀ ਸਿਚੁਏਸ਼ਨ ਸਮਝਣੀ ਚਾਹੀਦੀ ਆ ਕਿ ਬੰਦੇ ਦੇ ਦਿਲ 'ਚ ਕੀ ਆ ਉਹ ਹੁਣ ਕੀ ਚਾਹੁੰਦਾ ਵਾ ਕੀ ਨਹੀਂ ਜਦ ਮੈਂ ਪੂਰੀ ਇੱਜ਼ਤ ਕਰਦੀ ਹਾਂ ਫਿਰ ਇਹਨਾਂ ਨੂੰ ਵੀ ਮੈਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ ਹੈ ਨਾ ਅਕਸਰ ਮੈਂ ਘਰ ਦੀ ਨੂੰਹ ਆ ਵੇਖ ਗਾਂ ਮੈਂ ਹੀ ਇਹਨਾਂ ਦੀ ਸੇਵਾ ਕਰਨੀ ਆ ਕਿੰਨੇ ਕੰਮ ਆਉਣਾ ਵਾ ਮੈਂ ਹੀ ਆਉਣਾ ਵਾ ਪਰ ਸਮਝਣ ਨੂੰ ਤਿਆਰ ਹੀ ਨਹੀਂ ਹੈਗੀ ਇਹ ਚੀਜ਼ਾਂ ਆਪਣੇ ਹੱਥੀਂ ਵਿਆਹ ਕੇ ਲਿਆਉਂਦੀਆਂ ਵਾਂ ਅਤੇ ਪਤਾ ਨਹੀਂ ਵੈਰੀ ਕਿਉਂ ਬਣ ਜਾਂਦੀਆਂ ਸੱਸਾਂ ਬਾਅਦ 'ਚ ਚੱਲ ਛੱਡ ਨਹੀਂ ਮੈਂ ਤਾਂ ਐਵੇਂ ਸਾਰੀ ਹਿਸਟਰੀ ਸੁਣਾ ਬੈਠੀ ਭਾਬੀ ਪਤਾ ਕੀ ਆ ਵੇਖ ਇੱਦਾਂ ਹੀ ਮੇਰੀ ਸਟੋਰੀ ਆ ਮੈਂ ਵੀ ਇੱਦਾਂ ਹੀ ਘਰ 'ਚੋਂ ਖਿੱਚਦੀ ਸੀ ਗੁੱਸਾ ਕਰਦੀ ਸੀ ਗੱਲ ਗੱਲ 'ਤੇ ਮੇਰੇ ਘਰ ਵੀ ਮੇਰੀ ਸੱਸ ਰੋਕਾ ਟੋਕੀ ਕਰਦੀ ਸੀ ਪਰ ਮੈਂ ਗਲਤ ਕਦਮ ਚੁੱਕ ਲਿਆ ਮੈਂ ਵੀ ਖਿੱਚ ਕੇ ਕਹਿ ਦਿੱਤਾ ਮੈਂ ਕਿਹਾ ਮੈਂ ਇੱਥੇ ਨਹੀਂ ਰਹਿਣਾ ਫਿਰ ਭੈਣਾ ਕੀ ਗੱਲ ਹੋਈ ਫਿਰ ਤੈਨੂੰ ਮੈਂ ਕੀ ਦੱਸਾਂ ਭਾਬੀ ਮੈਂ ਤਾਂ ਆਪਣੇ ਘਰੋਂ ਆਪਣੀ ਸੱਸ ਤੋਂ ਦੁਖੀ ਆ ਗਈ ਉਹਦੀਆਂ ਗੱਲਾਂ ਤੋਂ ਉਹਦੀਆਂ ਰੋਕਾ ਟੋਕੀ ਤੋਂ ਫਿਰ ਪਰ ਨਾ ਮੇਰਾ ਬੰਦਾ ਮੈਨੂੰ ਬਹੁਤ ਪਿਆਰ ਕਰਦਾ ਸੀ ਸਾਡੇ ਦੋਵਾਂ ਦੀ ਬੜੀ ਅੰਡਰਸਟੈਂਡਿੰਗ ਸੀਗੀ ਉਹ ਮੇਰਾ ਗੱਲ ਗੱਲ 'ਤੇ ਬੜਾ ਸਾਥ ਦਿੰਦੇ ਹੁੰਦੇ ਸੀ ਅਤੇ ਮੈਂ ਪਾਗਲ ਇਹਨਾਂ ਗੱਲਾਂ ਤੋਂ ਖਿੱਚ ਕੇ ਘਰ ਛੱਡਤਾ ਮੈਂ ਕਿਹਾ ਮੈਂ ਇੱਥੇ ਨਹੀਂ ਰਹਿਣਾ ਮੈਂ ਬੜੀ ਤੰਗ ਆ ਤੂੰ ਸੱਚ ਪੁੱਛੇ ਮੈਂ ਉਹ ਦਿਨ ਘਰ ਛੱਡ ਕੇ ਪਛਤਾਉਣ ਡੀ ਹਾਂ ਅੱਜ ਮੈਂ ਆਪਣੀ ਮਾਂ ਕੋਲ ਪੱਕੀ ਬਹਿ ਗਈ ਆ ਕੇ ਮੈਂ ਕੀ ਸੁੱਖ ਪਾ ਲਿਆ ਨਾ ਮੈਂ ਉੱਧਰ ਜੋਗੀ ਅਤੇ ਨਾ ਮੈਂ ਇੱਧਰ ਜੋਗੀ ਅਤੇ ਕਿੱਟੀ ਤੇਰਾ ਰਿਸ਼ਤਾ ਨਹੀਂ ਹੁੰਦੇ ਆ ਕਿਤੇ ਰਿਸ਼ਤੇ ਤਾਂ ਵਾਧੂ ਹੁੰਦੇ ਆ ਪਰ ਸੱਚੀ ਦੱਸਾਂ ਨਾ ਹੁਣ ਮੇਰਾ ਮਨ ਹੀ ਨਹੀਂ ਮੰਨਦਾ ਮੈਂ ਕਿੱਥੇ ਜਾਵਾਂ ਕਿ ਅੱਗੇ ਜਾ ਕੇ ਜੇ ਮੈਨੂੰ ਫਿਰ ਉਹੋ ਜਿਹੇ ਮਿਲ ਗਏ ਤਾਂ ਫਿਰ ਮੈਂ ਕੀ ਕਰੂੰਗੀ ਮੈਂ ਨਾ ਉਸ ਗਲਤੀ ਦਾ ਮੈਨੂੰ ਇੰਨਾ ਕੁ ਪਛਤਾਵਾ ਹੈ ਨਾ ਕਿ ਮੈਂ ਘਰ ਕਿਉਂ ਛੱਡਿਆ ਤੇਰੇ ਭਾਅ ਜੀ ਮੈਨੂੰ ਇੰਨਾ ਪਿਆਰ ਕਰਦੇ ਸੀ ਨਾ ਪਰ ਮੈਂ ਜਿੰਨਾ ਮਰਜ਼ੀ ਸੋਚ ਲਾਂ ਅੱਗੇ ਦਾ ਪਰ ਮੈਨੂੰ ਉਹੋ ਜਿਹਾ ਪਿਆਰ ਕਰਨ ਵਾਲਾ ਕੋਈ ਨਹੀਂ ਮਿਲ ਸਕਦਾ ਮੈਂ ਸਿਰਫ ਆਪਣੀ ਸੱਸ ਦੀ ਵਜ੍ਹਾ ਕਰਕੇ ਘਰ ਛੱਡਿਆ ਕਿੱਟੀ ਆ ਤਾਂ ਤੇਰੇ ਲਈ ਬਹੁਤ ਔਖਾ ਵਾ ਤੂੰ ਕਿੱਦਾਂ ਜ਼ਿੰਦਗੀ ਕੱਢੇਂਗੀ ਜੇ ਤੇਰਾ ਰਿਸ਼ਤਾ ਨਾ ਕਿਤੇ ਹੋਇਆ ਤਾਂ ਕਿਵੇਂ ਜ਼ਿੰਦਗੀ ਕੱਢਣੀ ਤਾਂ ਬਹੁਤ ਔਖੀ ਆ ਅਤੇ ਜੇ ਹੋ ਵੀ ਗਿਆ ਪਤਾ ਨਹੀਂ ਕਿੱਥੇ ਹੋਊਗਾ ਭਾਬੀ ਤੂੰ ਮੇਰੀ ਛੱਡ ਮੇਰੀ ਤਾਂ ਜੋ ਹੋ ਗਈ ਹੋ ਗਈ ਪਰ ਤੂੰ ਜ਼ਿੰਦਗੀ 'ਚ ਆ ਗਲਤੀ ਨਾ ਕਰੀ ਕਿਉਂਕਿ ਆਂਟੀ ਦੀ ਵਜ੍ਹਾ ਕਰਕੇ ਤੂੰ ਰਣਜੀਤ ਵੀਰੇ ਨੂੰ ਨਾ ਛੱਡੀ ਰਣਜੀਤ ਵੀਰਾ ਇੰਨਾ ਕੁ ਦਿਲ ਦਾ ਚੰਗਾ ਉਹ ਤੇਰਾ ਹਰ ਕਦਮ 'ਤੇ ਸਾਥ ਦਊਗਾ ਸਹੀ ਗੱਲ ਹੈ ਇਹ ਤੈਨੂੰ ਵੀ ਆਪਣਾ ਮਨ ਸਮਝਾਉਣਾ ਪੈਣਾ ਹੈ ਕਿ ਜੇ ਤੂੰ ਆਪਣੀ ਸੱਸ ਵੱਲ ਵੇਖਦੀ ਰਹੀ ਤਾਂ ਫਿਰ ਤੂੰ ਨਹੀਂ ਵੱਸ ਸਕੇਂਗੀ ਸ਼ੁਕਰ ਆ ਕਿ ਤੂੰ ਮੈਨੂੰ ਆਹ ਗੱਲਾਂ ਦੱਸਦੀਆਂ ਨਹੀਂ ਤਾਂ ਮੈਂ ਤਾਂ ਡੋਲ ਜਾਂਦੀ ਸੀ ਵਿੱਚ ਵਿੱਚ ਇਹਦੇ ਵਿੱਚ ਵੇਖ ਨਾ ਰਣਜੀਤ ਵੀਰੇ ਦਾ ਕੀ ਕਸੂਰ ਆ ਉਹ ਤਾਂ ਵਿਚਾਰਾ ਦੋਵਾਂ ਪਾਸੇ ਪਿਸ ਜਾਂਦਾ ਨਾ ਫਿਰ ਵੀ ਉਹ ਤੁਹਾਡਾ ਸਾਥ ਦਿੰਦਾ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਸਹੀ ਗੱਲ ਆ ਕਈ ਕੁੜੀਆਂ ਇੱਦਾਂ ਕਰਦੀਆਂ ਕਿ ਸੱਸਾਂ ਤੋਂ ਤੰਗ ਆ ਕੇ ਘਰ ਛੱਡ ਦਿੰਦੀਆਂ ਘਰ ਛੱਡ ਦਿੰਦੀਆਂ ਤੈਨੂੰ ਪਤਾ ਮੈਂ ਕਿ ਇੱਦਾਂ ਦਾ ਵੀ ਕੇਸ ਵੇਖਿਆ ਸੀ ਕਿ ਤਿੰਨ ਭਰਾ ਸੀ ਤਿੰਨ ਭਰਾ ਸੀ ਅਤੇ ਜਿਹੜੀ ਸੱਸ ਸੀ ਨਾ ਉਹਨਾਂ ਦੀ ਤਿੰਨ ਨੂੰਹਾਂ ਸੀ ਦੋ ਨੂੰਹਾਂ ਨਾਲ ਬੜਾ ਪਿਆਰ ਕਰਦੀ ਸੀ ਇੱਕ ਨੂੰਹ ਨਾਲ ਪਿਆਰ ਨਹੀਂ ਕਰਦੀ ਉਹ ਨੂੰਹ ਨੇ ਪਤਾ ਕੀ ਕੀਤਾ ਘਰ ਛੱਡ ਕੇ ਅਤੇ ਆਪਣੇ ਘਰੇ ਚਲ ਗਈ ਅਜੇ ਕਿ ਉਹਦਾ ਹਸਬੈਂਡ ਉਹਦੇ 'ਤੇ ਜਾਨ ਮਾਰਦਾ ਸੀ ਅਤੇ ਬਾਅਦ ਵਿੱਚ ਉਹਨਾਂ ਦਾ ਇਸੇ ਗੱਲੋਂ ਤਲਾਕ ਹੋ ਗਿਆ ਕਿ ਤੂੰ ਮੈਂ ਤਾਂ ਪਿਆਰ ਕਰਦਾ ਸੀ ਤੂੰ ਘਰ ਛੱਡ ਕੇ ਕਿਉਂ ਗਈ ਅਤੇ ਅਜੇ ਤੱਕ ਉਹਨਾਂ ਦਾ ਘਰ ਨਹੀਂ ਵਸਿਆ ਹਿਸਾਬ ਲਾ ਲਾ ਨਾ ਵਿਆਹ ਉਹਦਾ ਹੋਇਆ ਮੁੰਡੇ ਦਾ ਅਤੇ ਨਾ ਵਿਆਹ ਹੋਇਆ ਕੁੜੀ ਦਾ ਇਹੀ ਤਾਂ ਸਾਡੀਆਂ ਗਲਤੀਆਂ ਅਸੀਂ ਆਪਣੇ ਬੰਦਿਆਂ ਨੂੰ ਸਮਝ ਹੀ ਨਹੀਂ ਸਕਦੀਆਂ ਅਸੀਂ ਸੋਚਦੇ ਹਾਂ ਕਿ ਉਹ ਮਾਵਾਂ ਦੇ ਹੀ ਪੋਤੇ ਆ ਪਰ ਨਹੀਂ ਆਖਰ ਉਹ ਪੋ ਜਿਹੜੇ ਸਾਨੂੰ ਵਿਆਹ ਕੇ ਲਿਆਏ ਉਹ ਜਨਾਨੀ ਦੇ ਵੀ ਤਾਂ ਹਸਬੈਂਡ ਹੁੰਦੇ ਹੀ ਆ ਸਹੀ ਗੱਲ ਆ ਕਿੱਟੀ ਤੇਰਾ ਵੀਰ ਤਾਂ ਬੜਾ ਹੀ ਚੰਗਾ ਵਾ ਮਾੜੀ ਜੀ ਕੋਈ ਮੈਂ ਗੱਲ ਕਹਾਂ ਸਹੀ ਉਸੇ ਲਈ ਮੇਰੀ ਗੱਲ ਮੰਨਦਾ ਅਤੇ ਜਾ ਕੇ ਮੰਮੀ ਜੀ ਨੇ ਇੰਨੀ ਲੜਾਈ ਕਰਦਾ ਨਾ
ਕਿ ਸ਼ੰਮੀ ਕਹਿੰਦੀ ਆ ਇੱਦਾਂ ਤੇ ਇੱਦਾਂ ਹੀ ਹੋਣਾ ਚਾਹੀਦਾ। ਤੂੰ ਕੀ ਕਹਿੰਦੀ ਇੱਦਾਂ ਹੋਣਾ ਚਾਹੀਦਾ? ਫਿਰ ਹੋਰ ਕੀ ਚਾਹੀਦਾ ਤੈਨੂੰ? ਉਹ ਅੱਗੋਂ ਬੋਲਦੀ ਆ, ਆ ਗਿਆ ਰੰਨ ਦੇ ਮਗਰ ਲੱਗ ਕੇ, ਦੇਤਾ ਪੰਪਨ ਖਾਫਣੀ ਨੇ। ਦੇਖ ਭਾਬੀ, ਇਹ ਸੱਸਾਂ ਦੀ ਹਰ ਘਰ ਦੀ ਕਹਾਣੀ। ਮੇਰੀ ਸੱਸ ਵੀ ਇੱਦਾਂ ਹੀ ਕਰਦੀ ਹੁੰਦੀ ਸੀ, ਰੰਨ ਦੇ ਮਗਰ ਲੱਗਾ, ਰੰਨ ਨੂੰ ਆ ਲਿਆ ਕੇ ਦਿੰਦਾ, ਵੇਖ ਇਸ ਤਰ੍ਹਾਂ ਹੀ ਅੱਗੇ ਪਿੱਛੇ ਭੱਜਾ ਫਿਰਦਾ। ਜੀ ਕੀ ਕਰਨ ਨੂੰ ਪਾਣੀ ਵਾਰਦੀਆਂ ਨੇ ਉਸ ਟਾਈਮ, ਉਦੋਂ ਹੀ ਬੂਹੇ 'ਚ ਮੋੜ ਦਿਆ ਕਰਨ। ਉਦੋਂ ਤਾਂ ਕਹਿੰਦੀਆਂ ਸੀ ਨੂੰਹਾਂ ਲਿਆਉਣੀਆਂ ਲਿਆਉਣੀਆਂ, ਜਦੋਂ ਨੂੰਹਾਂ ਆ ਜਾਂਦੀਆਂ ਵਾ ਫਿਰ ਇਹਨਾਂ ਕੋਲ। ਉਦੋਂ ਤਾਂ ਵਿਆਹ ਵੇਲੇ ਪਹੁੰਚੇ, ਟੰਗ ਟੰਗ ਕੇ ਭੱਜੀਆਂ ਫਿਰਦੀਆਂ ਵਾ, ਫੜ ਫੜ ਕੇ ਗੜਵੀਆਂ, ਹੈ ਲੈ ਲੈ ਕੇ ਪਿੰਕ ਦੁਪੱਟੇ, ਤੇ ਜਦੋਂ ਨੂੰਹਾਂ ਆ ਜਾਂਦੀਆਂ ਵਾ ਘਰ ਚੁੱਕ ਲੈਂਦੀਆਂ, ਤੇ ਉਦੋਂ ਇਹਨਾਂ ਉਤਰੀਆਂ ਨੂੰ ਗਸ਼ ਪੈ ਜਾਂਦੀ ਆ। ਹੈ ਦਿਮਾਗ ਖਰਾਬ ਇਹਨਾਂ ਦਾ। ਚੱਲ ਬਾਬਾ ਤੂੰ ਛੱਡ, ਤੂੰ ਇਹਦੀ ਇੱਕ ਕੰਨ ਚੋਂ ਸੁਣਿਆ ਕਰ, ਦੂਜੇ ਚੋਂ ਕੱਢ ਦਿਆ ਕਰ। ਬਾਬਾ ਯਾਰ ਮੈਨੂੰ ਡਰ ਲੱਗਦਾ ਈ, ਮਾਤਾ ਨਾ ਕਿਤੇ ਆ ਜੇ। ਮੈਂ ਤੈਨੂੰ ਇੱਕ ਆਪਣੇ ਦਿਲ ਦੀ ਗੱਲ ਦੱਸਾਂ? ਬੋਲ। ਜੇ ਅੱਜ ਵੀ ਤੇਰੇ ਭਾਅ ਜੀ ਮੈਨੂੰ ਲੈਣ ਆਉਣ, ਮੈਂ ਮਿੰਟ ਨਾ ਲਾਵਾਂ, ਮੈਂ ਉਸੇ ਵੇਲੇ ਚੱਲ ਜਾਂ। ਕੀ? ਚੱਲ ਛੱਡ ਬਾਬਾ, ਚੱਲ ਆਪੂ ਜੀ ਖਾਈਏ ਆਪਾਂ, ਮੈਂ ਲੈ ਕੇ ਆਈ ਪੜ੍ਹ। ਪਹਿਲਾਂ ਮੈਨੂੰ ਦੱਸ ਮੇਰੀ ਭੈਣ ਕਿੰਨੀ ਦੁਖੀ ਆ ਨਾ, ਬਾਬਾ ਜੀ ਕਰ ਤੇਰੀਆਂ ਸਾਰੀਆਂ ਆਸਾਂ ਪੂਰੀਆਂ। ਭਾਬੀ ਮੇਰੀ ਗੱਲ ਛੱਡ, ਤੂੰ ਮੈਨੂੰ ਦੱਸ ਉਹ ਜਿਹੜੀ ਕੁੜੀ ਆਈ ਸੀ ਕੱਲ੍ਹ ਜੀਨ ਟੋਪ ਵਾਲੀ, ਉਹ ਕੌਣ ਆ? ਉਹ ਮੇਰੀ ਭੈਣ ਆ। ਸੱਚੀ? ਬੜੀ ਸੋਹਣੀ ਸੀ। ਉਹ ਰਹਿਣ ਆਈ ਆ ਇੱਕ ਦੋ ਦਿਨ। ਅੱਛਾ, ਥੱਲੇ ਹੀ ਆ। ਅੱਛਾ, ਸੌ ਗਈ ਸੀ ਕਮਲੀ। ਮੈਨੂੰ ਮਿਲਾਏਂਗੇ ਉਹਨਾਂ? ਹਾਂ ਚੱਲ ਠੀਕ ਆ, ਮੈਨੂੰ ਮਿਲਾਈ ਜ਼ਰੂਰ ਉਹਨਾਂ। ਪੱਕਾ? ਪਰ ਮੰਮੀ ਤੋਂ ਚੋਰੀ। ਚੱਲ ਭਾਬੀ, ਮਾਤਾ ਦਾ ਫੋਨ ਤੇ ਨਹੀਂ ਆਉਂਦਾ? ਮੇਰੀ ਮੰਮੀ ਦਾ ਹੀ ਫੋਨ ਆਉਣ ਡਿਆ ਥੱਲੇ, ਉਹਨਾਂ ਨੇ ਕਹਿਣਾ ਵੀ ਪਤਾ ਨਹੀਂ ਕਿੱਥੇ ਬਹਿ ਗਈ। ਚੱਲ ਫੜ ਤੂੰ ਖਾ ਲਾ ਥੋੜਾ ਜਿਹਾ, ਲੈ ਜਾ। ਚੱਲ ਕੋਈ ਨਾ, ਫਿਰ ਮਿਲੂੰਗੀ। ਨਹੀਂ ਭੈਣਾ, ਡੂੰਘਾ ਵੇਖ ਕੇ ਸਿਆਪਾ ਪਾਉਣਾ ਹੀ, ਤੂੰ ਲੈ ਜਾ। ਚੱਲ ਠੀਕ ਆ ਭਾਬੀ, ਚੰਗਾ। ਚੱਲ ਓਕੇ 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 ਬਾਏ। ਉਹ ਮੋੜਿਆ ਭੋੜਿਆ ਪੁੱਤਰਾ, ਉਹ ਕਿੱਥੇ? ਇੱਧਰ ਆ ਜਰਾ ਰਣਜੀਤ, ਇੱਧਰ ਆ ਮੇਰੇ ਲਾਗੇ। ਕੀ ਮਾਤਾ ਕੋਲੇ ਖਾਧਾ ਹੀ ਦੱਸ? ਮਾਤਾ ਦਾ ਪਾਪਿਆ, ਤੇਰੀ ਨਹੀਂ ਮੈਂ ਸੁਣ ਗੱਲ। ਹਲੇ ਤਾਂ ਮੈਂ ਪਿਆਰ ਨਾਲ ਆਵਾਜ਼ ਮਾਰੀ, ਤੈਨੂੰ ਤੱਤੀ ਦੀਦੀ ਆ ਮੈਂ। ਮੈਂ ਤੈਨੂੰ ਕਿਹਾ ਮੇਰੇ ਭੋਲਿਆ ਪੁੱਤਰਾ ਇੱਧਰ ਆ। ਅੱਛਾ, ਕੀ ਹੋਇਆ? ਕਿੱਥੇ ਗਈ ਅੱਜ ਕੱਲ? ਕੋਠੇ ਬੜੇ ਚੱਕਰ ਲਾਉਂਦੀ, ਗੱਲ ਕੀ ਆ? ਕੰਮ ਹੋਣਾ ਉੱਤੇ, ਕੋਈ ਝਾੜ ਝੂੜ ਮਾਰਨਗੀ, ਸਫਾਈ ਕਰਨਗੀ ਨਹੀਂ, ਕੀ ਗੱਲ ਹੋ ਗਈ ਆ? ਸਾਹਿਲ ਸਵੇਰੇ ਭੁੱਖਾ ਚੱਲ ਗਿਆ, ਨਾਸ਼ਤਾ ਨਹੀਂ ਬਣਾਇਆ ਉਹਨੇ। ਪੂਰੀ ਗੱਲ ਪਤਾ ਹੈਗੀ ਮਾਤਾ ਤੈਨੂੰ? ਤੇ ਫਿਰ ਦੱਸੋ ਕਿਤੇ ਪਤਾ ਲੱਗੂਗਾ ਨਾ। ਉਹਦੀ ਪਾਰਟੀ ਉੱਥੇ ਕਾਲਜ 'ਚ, ਉਹ ਮੁੰਡਿਆਣਾ ਕਹਿੰਦਾ ਮੈਂ ਤੇ ਖਾਣਾ ਪੀਣਾ ਵਾ, ਤਾਂ ਨਹੀਂ ਉਹ ਉੱਦਾਂ ਚੱਲ ਗਿਆ ਭੁੱਖਾ ਘਰੋਂ, ਤਾਂ ਚੱਲ ਗਿਆ ਵਾ। ਉਹ ਤੇ ਪਾਰਟੀ ਆ ਤੇ ਇਹ ਕਿਉਂ ਨਹੀਂ ਗਈ? ਸਿਮਰਤ ਇੱਥੇ ਹੀ ਆ। ਉਹ ਆਪਣੀ ਭੈਣ ਕੋਲ ਆਈ ਆ, ਠੀਕ ਆ, ਉਹ ਕਾਲਜ ਜਾਣ ਲਈ ਨਹੀਂ ਆਈ, ਉਹਦਾ ਕੋਈ ਕੰਮ ਹੋਊਗਾ, ਭੈਣ ਨਾਲ ਗੱਲਾਂ ਬਾਤਾਂ ਕਰਨੀਆਂ ਹੈਗੀਆਂ, ਚਾਰ ਨਾਲ ਕਾਲਜ ਜਾਣ ਲਈ ਆਈ ਕਿਤੇ। ਲੈ ਫਿਰ ਆਵਾਜ਼ ਮਾਰ ਉਹਨੂੰ, ਮੇਰੇ ਵੱਲ ਜਮਰ ਤੇ ਆਈ ਨਹੀਂ ਅਜੇ ਤੱਕ। ਲੈ ਆਵਾਜ਼ ਮਾਰ ਕੰਮ ਹੈ ਕੋਈ, ਰੋਟੀ ਪਕਾਵੇ ਖਾਣੀ, ਭੁੱਖ ਲੱਗੀ ਆ। ਅੱਛਾ ਭੁੱਖ ਲੱਗੀ ਆ, ਮੈਂ ਮਾਰਦਾ ਆਵਾਜ਼ ਨੂੰ ਨਹੀਂ। ਕਿੱਥੇ ਚਲੇ ਜੇ? ਮੈਂ ਸ਼ੰਮੀ ਨੂੰ ਬੁਲਾਉਣ ਚੱਲਿਆ ਸੀਗਾ। ਰੋਟੀ ਖਾਣੀ ਆ? ਹਾਂ ਰੋਟੀ ਤਾਂ ਖਾਣੀ ਆ। ਮੈਂ ਬਣਾ ਦਾਂ? ਨਹੀਂ ਨਹੀਂ, ਤੂੰ ਕਿਉਂ ਰੋਟੀ ਬਣਾਉਣੀ ਆ? ਤੂੰ ਮੈਂ ਪਰੌਣੀ ਆਈ, ਬਹਿ ਕਰੇ। ਨਹੀਂ ਨਹੀਂ ਕੋਈ ਨਾ, ਮੈਂ ਬਣਾ ਦਿੰਦੀ ਹਾਂ, ਦੋ ਮਿੰਟ ਦਾ ਟਾਈਮ ਹੋਣੇ, ਮੈਂ ਬਣਾ ਦੇਣਾ। ਉਹ ਨਹੀਂ ਨਹੀਂ, ਜਾ ਰਹਿਣ ਦੇ ਕੰਮ ਲਈ ਜੀ, ਮੈਂ ਆਪੇ ਜਾ ਕੇ ਬੁਲਾ ਲੈਣਾ ਉਹਨੂੰ। ਸ਼ਮੀ ਤੁਸੀਂ ਕੀ ਕਰਦੇ ਜੇ ਹਲੇ ਦੁਪਹਿਰੇ ਬਾਹਰ? ਡਰਾ ਹੀ ਦਿੱਤਾ ਜੇ ਮੈਨੂੰ,
ਕੁਛ ਨਹੀਂ ਯਾਰ, ਉਹ ਤੇ ਮੈਂ ਥੋੜਾ ਕੰਮ ਕੁਮ ਕਰਦੀ ਸੀ। ਡਰਨਾ ਕਿਉਂ ਕਮਲੀਏ, ਤੂੰ ਤੇਰਾ ਆਪਣਾ ਘਰ ਆ, ਨਾਲੇ ਦੁਪਹਿਰੇ ਕਿਤੇ ਸਫਾਈਆਂ ਕਰਦੇ ਫਿਰਦੇ ਤੂੰ। ਤੁਸੀਂ ਜੇ ਇੱਕਦਮ ਪੌੜੀਆਂ ਚੜ ਕੇ ਆ ਗਏ ਜੇ, ਮੈਂ ਦੇਖ ਕੇ ਤਬਕੀ ਗਈ। ਮੈਂ ਕਿਹਾ ਪਤਾ ਨਹੀਂ ਕੌਣ ਆ ਗਿਆ ਵਾ ਪੌੜੀਆਂ ਚ। ਮੈਂ ਤੇ ਆਰਾਮ ਨਾਲ ਆਵਾਜ਼ ਮਾਰੀ, ਤੈਨੂੰ ਗੱਲ ਕੀ ਆ, ਇਹ ਵੇਲੇ ਕੀ ਕਰਦੇ ਜੇ ਤੁਸੀਂ ਇੱਥੇ? ਚਲੋ ਥੱਲੇ ਆਓ, ਰੋਟੀ ਰੁਟੀ ਬਣਾ ਕੇ ਦਿਓ ਮੈਨੂੰ। ਅੱਛਾ ਮੇਰੀ ਗੱਲ ਸੁਣੋ। ਹਾਂ ਹਾਂ। ਉਹ ਸਾਹਿਲ ਖਾਲੀ ਰੋਟੀ ਉਹਨੇ? ਨਹੀਂ, ਸਾਹਿਲ ਤਾਂ ਤੈਨੂੰ ਪਤਾ ਅੱਜ ਉਹਦੇ ਨਾ ਹੈਗਾ ਵਾ ਉੱਥੇ ਪਾਰਟੀ ਵਗੈਰਾ ਉਹਦੇ ਦੋਸਤਾਂ ਦੇ ਨਾਲ, ਤੇ ਉੱਥੇ ਖਾ ਕੇ ਲੈਣੀ ਉਹਨੇ ਰੋਟੀ। ਤੇ ਤੁਸੀਂ ਮੈਨੂੰ ਲੱਗੀ ਭੁੱਖ ਤੇ ਮਾਤਾ ਰੌਲਾ ਪਾਉਂਦੀ, ਉਹ ਬਿਲਕੰਦੀ ਭੁੱਖ ਨਾਲ, ਉਹ ਰਖਵਾ ਰੋਟੀ। ਚਲੋ ਮੈਂ ਚੱਲਦੀ ਆ, ਚਲੋ ਬਣਾ ਕੇ ਦੇਣੀ ਤੁਹਾਨੂੰ ਰੋਟੀ। ਹਾਂ ਆ ਜਾਓ ਆ ਜਾਓ। ਸ਼ੁਕਰ ਆ ਰੱਬਾ, ਅੱਜ ਤੇ ਬਚ ਕੇ। ਜੇ ਕਿਤੇ ਇਹ ਵੇਖ ਲੈਂਦੇ ਨਾ ਕਿ ਮੈਂ ਕਿੱਟੀ ਨਾਲ ਗੱਲਾਂ ਕਰਦੀ ਹਾਂ, ਕਿ ਦੁੱਖ ਸੁੱਖ ਕਰਦੀ ਹਾਂ, ਇਹਨਾਂ ਦੇ ਤਾਂ ਦਿਲ 'ਚ ਕੁਝ ਨਹੀਂ ਆ। ਇਹਨਾਂ ਨੇ ਵੈਸੇ ਮੰਮੀ ਨਾਲ ਗੱਲ ਕਰ ਦੇਣੀ ਸੀ, ਅਤੇ ਮੰਮੀ ਨੇ ਤਾਂ ਪਾ ਪਟਾਕੇ ਦੇਣੇ ਸੀ। ਮੇਰਾ ਤਾਂ ਕੋਠੇ ਚੜ੍ਹਨਾ ਵੀ ਹਰਾਮ ਹੋ ਜਾਣਾ ਸੀ। ਉਹਨੇ ਕਹਿਣਾ ਸੀ ਜਾਣਾ ਹੀ ਨਹੀਂ ਛੱਤ 'ਤੇ, ਥੱਲੇ ਹੀ ਰਹਿ ਹੁਣ। ਉਹ ਵੀ ਵਿਚਾਰੀ ਦੁਖੀ ਆ, ਕਿੰਨੇ ਦੋਸਤੋਂ ਕੀਤੇ ਅੱਜ ਆਪਾਂ। ਚੱਲ ਇਹਦੇ ਨਾਲ ਦਿਲ ਦੀ ਪੜਾਸ ਨਿਕਲ ਗਈ ਉਹਦੀ ਵੀ, ਅਤੇ ਮੇਰਾ ਵੀ ਮਨ ਹੌਲਾ ਹੋ ਗਿਆ। ਗੱਲ ਤਾਂ ਕੁਝ ਵੀ ਨਹੀਂ ਆ, ਅਸੀਂ ਕਿਹੜੀਆਂ ਕੋਈ ਗਲਤ ਗੱਲਾਂ ਕਰਦੇ ਹਾਂ। ਮਾਸੀ ਜੀ ਰੋਟੀ ਖਾਣੀ ਆ, ਮੈਂ ਬਣਾ ਦਾਂ। ਆਹੋ ਪੁੱਤ ਖਾਣੀ ਆ ਰੋਟੀ, ਗੇ ਆ ਵੇਖ ਲਾ ਤੇਰੀ ਭੂਆ ਦੀ ਕੁੜੀ ਦਾ ਹਾਲ, ਕੋਠੇ ਚੜ੍ਹੀ ਆ ਉੱਥੇ ਹੀ ਆ, ਘੰਟੇ ਦੋ ਹੋ ਗਏ ਨੂੰ ਤੇ ਮੈਂ ਥੱਲੇ ਭੁੱਖੀ ਬੈਠੀ ਹਾਂ। ਆਹ ਕੰਮ ਕਰਦੀ ਹੋ ਅਤੇ ਆਪਣੀ ਭੂਆ ਨੂੰ ਆਉਂਦੀ ਮੈਂ ਕੰਮ ਕਰਦੀ ਹਾਂ, ਇਹੋ ਜਿਹੇ ਕੰਮ ਕਰਦੀ ਹੋ। ਕੋਈ ਨਾ ਮਾਸੀ ਜੀ, ਤੁਸੀਂ ਟੈਨਸ਼ਨ ਨਾ ਲਓ, ਮੈਂ ਹੈਗੀ ਹਾਂ ਨਾ। ਤੂੰ ਤਾਂ ਹੈਗੀ ਹੈ, ਪਤਾ ਪਹਿਲਾਂ ਗੈਸ ਖੁੱਲ੍ਹਾ ਹੀ ਛੱਡ ਕੇ ਚੰਗੀ, ਚੱਲਦਾ ਗੈਸ ਛੱਡ ਕੇ ਗਈ ਉੱਥੇ, ਫਿਰ ਮੈਂ ਨਹੀਂ ਬੋਲੂੰਗੀ ਅਤੇ ਫਿਰ ਮੈਂ ਬੋਲਦੀ ਹਾਂ ਤਾਂ ਉਹਦੇ ਸੱਸ ਬੋਲਦੀ ਆ। ਕੋਈ ਨਾ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ, ਮੈਂ ਹੈਗੀ ਹਾਂ ਨਾ, ਤੁਸੀਂ ਦੋ ਦਿਨ ਟੈਨਸ਼ਨ ਨਾ ਲਓ। ਤੁਹਾਨੂੰ ਜਿਹੜਾ ਵੀ ਕੋਈ ਕੰਮ ਹੁੰਦਾ ਨਾ ਤੁਸੀਂ ਮੈਨੂੰ ਦੱਸਿਆ ਕਰੋ, ਮੈਂ ਕੰਮ ਕਰਿਆ ਕਰੂੰਗੀ। ਆਹੋ ਤੂੰ ਤਾਂ ਹੈਗੀ ਹਾਂ, ਤੂੰ ਤਾਂ ਮੈਨੂੰ ਪਕਾ ਕੇ ਦੇਵੇਂਗੀ ਜ਼ਰੂਰ, ਤੂੰ ਤਾਂ ਭੱਜੀ ਫਿਰਨ ਡਈ ਹੈ, ਮੈਂ ਤਾਂ ਤੇਰੇ ਵੱਲ ਵੇਖਣ ਡਈ ਹਾਂ। ਹਾਂਜੀ ਹੈਂ, ਤੂੰ ਤਾਂ ਕਰੇਂਗੀ। ਚੱਲ ਕੋਈ ਨਾ, ਉੱਧਰ ਮੈਂ ਆਖਿਆ ਹੀ ਸੀ ਨਾ ਦੋਵੇਂ ਰਲ ਕੇ ਕੰਮ ਕਰ ਲਿਓ, ਤਾਂ ਹੁਣ ਤੈਨੂੰ ਇਕੱਲੀ ਨੂੰ ਕਰਨਾ ਪੈਂਦਾ, ਉਹਲਾ ਕੋਠੇ ਚੜ੍ਹ ਕੇ ਬੈਠੀ ਹੋ। ਕੋਈ ਨਾ, ਮੈਨੂੰ ਆਦਤ ਆ ਕਰਨ ਦੀ, ਤੁਸੀਂ ਦੱਸ ਦਿਆ ਕਰੋ, ਮੈਂ ਕਰ ਦਿਆ ਕਰੂੰਗੀ। ਚੱਲ ਕੋਈ ਨਾ, ਕਰਿਆ ਕਰ, ਤੂੰ ਇਹ ਕੰਮ ਕਰਿਆ ਕਰ, ਰੋਟੀ ਟਾਈਮ ਨਾਲ ਦੇ ਦਿਆ ਕਰ ਮੈਨੂੰ। ਦੀਦੀ ਅੱਛਾ ਮੇਰੀ ਗੱਲ ਸੁਣ, ਫੁਲਕਾ ਲਾ ਲੈਣਾ, ਤੇਰਾ ਵੀ ਖਾਣਾ ਹੈ ਨਾ, ਕਿ ਹੋਰ ਕੁਝ ਖਾਣਾ ਹੈ ਦੱਸ, ਉਹ ਬਣਾਣਾ। ਤੁਸੀਂ ਰਹਿਣ ਦਿਓ, ਮੈਂ ਲਾ ਕੇ ਖਵਾਉਂਦੀ ਹਾਂ ਤੁਹਾਨੂੰ। ਨਹੀਂ ਨਹੀਂ ਬਾਊ, ਮੈਂ ਲੱਗੀ ਫੁਲਕਾ ਲਾਉਣ, ਮੰਮੀ ਖਾਣੀ ਨਾ ਰੋਟੀ। ਤੁਸੀਂ ਤਾਂ ਕੋਠੇ ਚੜ੍ਹ ਕੇ ਬੈਠੇ ਆਏ ਨਹੀਂ, ਤੂੰ ਤਾਂ ਫਿਰ ਉਹ ਸਿਮਰਤ ਮੈਨੂੰ ਕਹਿਣ ਡੀ ਮੰਮੀ ਤਾਂ ਰੋਟੀ ਲਾਦਾ ਮਾਸੀ ਜੀ, ਤੇ ਮੈਂ ਪੁੱਤ ਲਾਉਣੀ ਆ। ਮੈਂ ਬਸ ਕੱਪੜੇ ਤੈਅ ਕਰਦੀ ਪਈ ਸੀ। ਇੰਨਾ ਟਾਈਮ? ਮੰਮੀ ਹੁਣੇ ਤਾਂ ਗਈ ਸੀ ਉੱਪਰ। ਪੁੱਤ ਪਿੱਛੇ ਵੀ ਤਾਂ ਧਿਆਨ ਰੱਖਣਾ ਚਾਹੀਦਾ ਵੀ ਮੰਮੀ ਨੂੰ ਰੋਟੀ ਦੇਣੀ ਆ ਜਾਂ ਕੋਈ ਸਾਹਿਲ ਨੇ ਰੋਟੀ ਖਾਣੀ ਆ। ਉੱਤੇ ਤੂੰ ਆਪਣੇ ਘਰ ਦੇ ਕੱਪੜੇ ਤੈਅ ਕਰਨ ਡਈ ਕਿ ਗੁਆਂਢੀਆਂ ਦੇ ਮਹੱਲੇ ਦੇ ਤੈਅ ਕਰਨ ਡਈ ਆ ਕੱਪੜੇ ਸਾਰੇ, ਵੀ ਇੰਨਾ ਟਾਈਮ ਲਾਤਾ ਉੱਤੇ, ਹੱਥ ਜਰਾ ਜਲਦੀ ਮਾਰਿਆ ਕਰ। ਅੱਗੇ ਮੈਂ ਸਿਮਰਤ ਨਾਲ ਗੱਲ ਕਰਨ ਡਈ ਹਾਂ, ਮੈਂ ਕਦੋਂ ਦੀ ਵੇਲਾ ਕੋਠੇ ਗਈ ਅਜੇ ਤੱਕ ਥੱਲੇ ਨਹੀਂ ਆਈ, ਤੇ ਉਹ ਆਂਦੀ ਮੈਂ ਮਾਸੀ ਜੀ ਰੋਟੀ ਪਕਾ ਦਿੰਨੀ ਆ ਤੁਹਾਨੂੰ। ਮੈਂ ਹੁਣੇ ਬਣਾ ਦੇਣੀ ਮੰਮੀ। ਦੀਦੀ ਤੁਸੀਂ ਰਹਿਣ ਦੋ, ਮੈਂ ਆਪਣੇ ਇੱਥੇ ਬੈਠਾ ਇੱਥੇ। ਓਹ ਸ਼ਦੈਣੇ ਦੱਸ, ਤੂੰ 2 ਦਿਨ ਆਈ ਆ ਤੇ ਤੂੰ ਹੱਸ ਖੇਡ, ਤੂੰ ਇੱਥੇ ਕੰਮ ਕਰਨ ਆਈ ਆ ਦੱਸ। ਓਹੋ ਦੀਦੀ ਲੈ ਚ ਕੀ ਤੁਹਾਡਾ ਕੀ ਤੇ ਮੇਰਾ ਕੀ, ਤੁਹਾਨੂੰ ਕਿਹਾ ਤਾਂ ਹੈਗਾ ਤੁਸੀਂ ਬੈਠੋ ਮੈਂ ਬਣਾ ਦੇਣੀ। ਅੱਛਾ ਸੁਣ ਮੇਰੀ ਗੱਲ, ਮੈਂ ਫੁਲਕੇ ਬਣਾਉਣੀ ਆ ਤੇ ਤੂੰ ਫੜਾ ਦੇ ਨਾਲੇ ਆਪਣੇ ਭਾਜੀ ਨੂੰ ਨਾਲੇ ਮੰਮੀ ਨੂੰ, ਠੀਕ ਹੈ? ਓਹੋ ਯਾਰ ਤੁਸੀਂ ਬੈਠੋ, ਹਾਂ ਮੈਂ ਹੈਗੀ ਆ ਨਾ, ਮੈਂ ਆਪੇ ਸਾਂਭ ਲੂੰਗੀ ਸਾਰਾ। ਤੁਸੀਂ ਬੈਠੋ, ਤੁਸੀਂ ਬੈਠੋ, ਮਾਸੀ ਜੀ ਲੈ ਕੇ ਗੱਲਾਂ ਕਰੋ। ਆਹੋ ਜਾ ਸਿਮਰਾ, ਤੂੰ ਬਣਾ ਕੇ ਲਿਆ ਰੋਟੀ, ਲਿਆ ਬਣਾ ਕੇ ਬਹਿ ਜਾ, ਸਾਹ ਲੀਲਾ ਕੋਠੇ ਧੁੱਪੋ ਆਈ ਹੈ। ਸ਼ਦੈਣ ਹੈਗੀ ਹੈ? ਸ਼ਦੈਣ ਨਹੀਂ ਆ, ਚੰਗੀ ਗੱਲ ਕਰਦੀ ਪਈ ਹੈ। ਨਹੀਂ ਨਹੀਂ ਮੰਮੀ, ਉਹ ਗੱਲ ਨਹੀਂ ਹੈਗੀ, ਰੋਟੀ ਬਣਾਵੇ ਪਰ ਉਹਨਾਂ ਦੀ ਰੋਟੀ ਮੈਂ ਆਪ ਲਾਉਣੀ ਸੀ, ਤੁਹਾਨੂੰ ਤਾਂ ਪਤਾ ਹੀ ਆ
ਉਹਨਾਂ ਨੂੰ ਆਦਤ ਹੈ ਮੇਰੇ ਹੱਥ ਦੀ ਰੋਟੀ ਖਾਣ ਦੀ। ਚੀਚਾ ਉੱਪਰੋਂ ਆਵਾਜ਼ ਮਾਰ ਕੇ ਲਿਆਏ ਆ। ਸਿਮਰਤ ਥੱਲੇ ਹੈਗੀ ਸੀ, ਜੇ ਕਹਿਣਾ ਹੁੰਦਾ ਤਾਂ ਉਹਨੂੰ ਥੱਲੇ ਕਹਿ ਦਿੰਦੇ, ਜੇ ਤੁਹਾਨੂੰ ਕਹਿ ਦਿੰਦੇ। ਤੁਹਾਨੂੰ ਤਾਂ ਪਤਾ ਮੇਰੇ ਤੋਂ ਬਿਨਾਂ ਰੋਟੀ ਨਹੀਂ ਖਾਂਦੀ। ਚੱਲ ਕੋਈ ਨਹੀਂ, ਹੁਣ ਤੂੰ ਬਹਿ ਜਾ, ਸਿਮਰਤ ਬਣਾ ਕੇ ਆਉਂਦੀ ਅੱਜ। ਇਹੋ ਜਿਹੀ ਮੇਰੇ ਹੱਥਾਂ ਦੀ ਰੋਟੀ ਸਵਾਦ ਲੱਗਦੀ। ਕੋਈ ਨਾ ਪੁੱਤ, ਦੋ ਦਿਨ ਮੇਰੇ ਹੱਥ ਦੀ ਖਾ ਲੈਂਦੇ। ਜੇ ਤੇਰੇ ਹੱਥ ਦਾ ਸਵਾਦ ਰਹਿਣਾ ਮਾਰਤਾ ਤਾਂ ਮੇਰਾ ਨਾਂ ਵੀ ਸਿਮਰਤ ਨਹੀਂ। ਵੇਖੀ ਮੈਂ ਆਪਣੇ ਹੱਥੀ ਅੱਜ ਰੋਟੀ ਬਣਾ ਕੇ ਖਵਾਉਂ, ਸਵਾਦ ਕਿਉਂ ਨਾ ਲੱਗੂ ਉਹਨਾਂ ਨੂੰ। ਸ਼ੰਮੀ ਯਾਰ, ਤੂੰ ਆਪ ਰੋਟੀ ਬਣਾ ਲੈਣੀ, ਉਹਨੂੰ ਕਹ ਤੁਹਾਡਾ ਤਾਂ ਰੋਟੀ ਪਕਾਉਣ ਬਣਾਉਣ। ਟਾਈਮ ਲਾਤਾ ਹੋਵੇ ਕਿੰਨਾ ਹੀ ਬਣ ਗਈ ਆ, ਬਸ ਰੋਟੀ ਆਉਣੀ ਲੱਗੀ ਆ। ਮਾਤਾ ਨੂੰ ਖਵਾਤੀ ਰੋਟੀ? ਹਾਂਜੀ, ਤੂੰ ਟੈਨਸ਼ਨ ਨਾ ਲਾ, ਉਹਨਾਂ ਨੂੰ ਪਹਿਲਾਂ ਖਵਾਤੀ ਮੈਂ। ਚਲ ਵਧੀਆ ਵਧੀਆ, ਠੀਕ ਆ। ਕੋਈ ਨਾ ਦੀਦੀ, ਬੈਠੀ ਵੇਖਣ ਕਿਦੇ ਸ਼ੰਮੀ, ਖਾਓ ਰੋਟੀ ਤੁਸੀਂ, ਫੜੋ। ਨਹੀਂ ਨਹੀਂ, ਫੜੋ ਫੜੋ ਫੜੋ, ਖਾਓ ਤੁਸੀਂ। ਅੱਛਾ ਜੀ, ਜਿੰਨੇ ਬਣਾਏ ਨੂੰ ਪੁੱਛਿਆ ਨਹੀਂ। ਲੈ ਤੂੰ ਵੀ ਖਾ ਲਾ। ਲੈ ਸਿਮਰਤ, ਆ ਕਿਹੜੀ ਗੱਲ ਆ, ਲਿਆ ਮੈਂ ਤੇਰੇ ਮੂੰਹ 'ਚ ਬੁਰਕੀ ਪਾਉਣੀ ਆ। ਹਾਂ ਤੂੰ ਵੀ ਖਾ। ਨਹੀਂ, ਮੈਂ ਤੁਹਾਡੇ ਹੱਥਾਂ ਦੀ ਖਾਣੀ ਆ। ਮੇਰੇ ਹੱਥਾਂ ਦੀ ਖਾਣੀ ਆ? ਹਾਂਜੀ, ਲਓ ਤੁਸੀਂ ਖਵਾ ਦਿਓ ਉਹਨੂੰ। ਲੈ ਕਮਲੀ ਜੀ। ਰੋਟੀ ਤਾਂ ਮੈਂ ਬਣਾਈ ਸੀ, ਪਰ ਤੁਹਾਡੇ ਖਵਾਉਣ ਦਾ ਨਾ ਹੋਰ ਸਵਾਰ ਵੱਧ ਗਿਆ। ਲੈ ਕਮਲੀਏ, ਫਿਰ ਤੂੰ ਸਾਨੂੰ ਬੇਸਵਾਦੀ ਖਵਾਈ ਜਾਂਦੀ ਉਦੋਂ ਦੀ। ਇਹ ਵੀ ਚੱਲੀ ਹੈ ਕੁੜੀ, ਬਹਿ ਜਾ, ਖਾ ਲਾ ਆਪਣੇ ਭਾਜੀ ਨਾਲ ਰੋਟੀ ਖਾਣੀ ਤੇ। ਨਹੀਂ ਨਹੀਂ, ਕੋਈ ਨਾ ਦੀਦੀ, ਬਹਿ ਜਾ ਬਹਿ ਜਾ, ਤੂੰ ਬੈਠੋ ਬੈਠੋ, ਕੋਈ ਨਾ ਬੈਠੋ ਬਹਿ ਜਾ ਬਹਿ ਜਾ, ਖਾਓ ਤੁਸੀਂ, ਬੈਠੋ ਬੈਠੋ। ਹੈਲੋ ਮੰਮੀ, ਸਤਿ ਸ਼੍ਰੀ ਅਕਾਲ। ਹਾਂਜੀ ਦੱਸੋ, ਕੀ ਮੇਰਾ ਰਿਸ਼ਤਾ? ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ, ਮੇਰਾ ਰਿਸ਼ਤਾ ਮੇਰੇ ਤੋਂ ਪੁੱਛੇ ਬਗੈਰ ਕਿਤੇ ਨਹੀਂ ਕਰਨਾ।